ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਪੁਲਿਸ ਦੇ ਮੁਲਾਜ਼ਮ ਦੀ ਦਾਦਾਗਿਰੀ ਕੈਦ ਹੋਈ ਹੈ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਪੁਲਿਸ ਦਾ ਮੁਲਾਜ਼ਮ ਚੌਕ ਤੇ ਰੁਕਿਆ ਤੇ ਦੁਕਾਨਾਂ ਦੇ ਬਾਹਰ ਬੈਠੇ ਇੱਕ ਸ਼ਖਸ ਤੇ ਉਸਦੇ ਨਾਲ ਬੱਚਾ ਉਹਨਾਂ ਦੇ ਨਾਲ ਪੁੱਛ ਪੜਤਾਲ ਕਰਨ ਲੱਗਾ ਔਰ ਦੋਵਾਂ ਨੂੰ ਜਾਣਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣੇ ਜਾਣ ਲੱਗੇ ਤਾਂ ਪੁਲਿਸ ਦੇ ਮੁਲਾਜ਼ਮ ਨੇ ਬੱਚੇ ਨੂੰ ਪਿੱਛੋਂ ਲੱਤ ਮਾਰ ਦਿੱਤੀ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਬੱਚੇ ਦੇ ਲੱਤ ਮਾਰ ਦਿੱਤੀ ਇਹ ਬੱਚਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ ਦਿਮਿਆਗ ਹੋਣ ਕਰਕੇ ਇਸ ਦੇ ਨਾਲ ਪਹਿਲਾਂ ਗਾਲੀ ਗਲੋਚ ਕੀਤਾ ਗਿਆ ਉਸ ਤੋਂ ਬਾਅਦ ਇਸ ਦੇ ਪਿੱਛੇ ਲੱਤ ਮਾਰੀ ਗਈ ਕੈਮਰੇ ਦੇ ਵਿੱਚ ਇਸ ਦੀ ਦਾਦਾਗਿਰੀ ਕੈਦ ਹੋਈ ਹੈ ਤਾਂ ਇਹ ਪੁਲਿਸ ਦੇ ਕੁਝ ਮੁਲਾਜ਼ਮ ਨੇ ਜੋ ਵਰਦੀ ਪਾ ਕੇ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਲੱਗ ਜਾਂਦੇ ਨੇ ਔਰ ਇਹਨਾਂ ਦਾ ਪੂਰਾ ਵਾਕਿਆ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਪੁਲਿਸ ਦੇ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਇੱਕ ਪੁਲਿਸ ਦਾ ਮੁਲਾਜ਼ਮ ਆਇਆ ਕਾਰ ਰੋਕੀ ਬਾਹਰ ਆਇਆ ਦੁਕਾਨ ਦੇ ਬਾਹਰ ਰਾਤ ਵੇਲੇ ਇੱਕ ਸ਼ਖਸ ਤੇ ਉਸ ਦੇ ਨਾਲ ਦਿਵਿਆਂਗ ਬੱਚਾ ਬੈਠਾ ਸੀ ਦੋਵਾਂ ਦੇ ਨਾਲ ਪੁੱਛ ਪੜਤਾਲ ਕੀਤੀ ਔਰ ਇੱਥੋਂ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਤੁਰਨ ਲੱਗੇ ਤਾ ਬੱਚਾ ਪਿੱਛੇ ਸੀ ਤਾਂ ਉਸਦੇ ਲੱਤ ਮਾਰ ਦਿੱਤੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਬੱਚੇ ਦੇ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਇਹ ਬੱਚਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ ਤਾਂ ਖਾਕੀ ਵਰਦੀ ਦੇ ਰੋਪ ਦੇ ਵਿੱਚ ਇਸ ਪੁਲਿਸ ਦੇ ਮੁਲਾਜ਼ਮ ਦੀ ਘਟਿਆ ਕਰਤੂਤ ਸਾਹਮਣੇ ਆਈ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਯੂਪੀ ਦੇ ਬਿਜਨੌਰ ਦੀ ਇਹ ਘਟਨਾ ਹੈ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਇਹ ਪੁਲਿਸ ਦਾ ਮੁਲਾਜ਼ਮ ਆਇਆ ਸੀ ਪਹਿਲਾਂ ਗਾਲੀ ਗਲੋਚ ਕੀਤੀ ਤੇ ਇਥੋਂ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣੇ ਜਾਣ ਲੱਗੇ ਤਾਂ ਬੱਚੇ ਦੇ ਪਿੱਛੋਂ ਇਸ ਪੁਲਿਸ ਦੇ ਮੁਲਾਜ਼ਮ ਨੇ ਲੱਤ ਮਾਰ ਦਿੱਤੀ ਦੱਸਦੇ ਕਿ ਇਹ ਪੁਲਿਸ ਦਾ ਮੁਲਾਜ਼ਮ ਬੜਾਪੁਰ ਥਾਣੇ ਦੇ ਵਿੱਚ ਤਾਇਨਾਤ ਸੀ ਜੋ ਹੁਣ ਸਸਪੈਂਡ ਕਰ ਦਿੱਤਾ ਗਿਆ ਰਾਤ ਕਰੀਬ 1 ਵਜੇ ਦੀ ਇਹ ਘਟਨਾ ਹੈ ਪੁਲਿਸ ਵਾਲੇ ਨੇ ਦੋਵਾਂ ਦੇ ਨਾਲ ਪੁੱਛ ਪੜਤਾਲ ਕੀਤੀ ਤੇ ਦੋਵਾਂ ਨੂੰ ਘਰੋ ਘਰੀ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣ ਲੱਗੇ ਤਾਂ ਬੱਚਾ ਪਿੱਛੇ ਸੀ ਤਾਂ ਇਸ ਨੇ ਪਿੱਛੋਂ ਲੱਤ ਮਾਰੀ ਸੀਸੀਟੀਵੀ ਕੈਮਰੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੋਲ ਪਹੁੰਚ ਗਏ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਇਸ ਪੁਲਿਸ ਦੇ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਵੱਖ-ਵੱਖ ਧਰਾਮਾ ਦੇ ਤਹਿਤ ਇਸ ਤੇ ਮਾਮਲਾ ਵੀ ਦਰਜ ਹੋ ਚੁੱਕਿਆ ਦੱਸਿਆ ਜਾ ਰਿਹਾ ਕਿ ਨਸ਼ੇ ਦੀ ਹਾਲਤ ਵਿੱਚ ਪੁਲਿਸ ਦੇ ਮੁਲਾਜ਼ਮ ਨੇ ਇਹ ਕਾਰਨਾਮਾ ਕੀਤਾ ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ ਇਨ੍ਹਾਂ ਤਸਵੀਰਾਂ ਦੇ ਵਿੱਚ ਇੱਕ ਪੁਲਿਸ ਦੇ ਮੁਲਾਜ਼ਮ ਦੀ ਦਾਦਾਗਿਰੀ ਕੈਦ ਹੋਈ ਹੈ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਪੁਲਿਸ ਦਾ ਮੁਲਾਜ਼ਮ ਚੌਕ ਤੇ ਰੁਕਿਆ ਤੇ ਦੁਕਾਨਾਂ ਦੇ ਬਾਹਰ ਬੈਠੇ ਇੱਕ ਸ਼ਖਸ ਤੇ ਉਸਦੇ ਨਾਲ ਬੱਚਾ ਉਹਨਾਂ ਦੇ ਨਾਲ ਪੁੱਛ ਪੜਤਾਲ ਕਰਨ ਲੱਗਾ ਔਰ ਦੋਵਾਂ ਨੂੰ ਜਾਣਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣੇ ਜਾਣ ਲੱਗੇ ਤਾਂ ਪੁਲਿਸ ਦੇ ਮੁਲਾਜ਼ਮ ਨੇ ਬੱਚੇ ਨੂੰ ਪਿੱਛੋਂ ਲੱਤ ਮਾਰ ਦਿੱਤੀ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਪਹਿਲਾਂ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਬੱਚੇ ਦੇ ਲੱਤ ਮਾਰ ਦਿੱਤੀ ਇਹ ਬੱਚਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ ਦਿਮਿਆਗ ਹੋਣ ਕਰਕੇ ਇਸ ਦੇ ਨਾਲ ਪਹਿਲਾਂ ਗਾਲੀ ਗਲੋਚ ਕੀਤਾ ਗਿਆ ਉਸ ਤੋਂ ਬਾਅਦ ਇਸ ਤੇ ਪਿੱਛੇ ਲੱਤ ਮਾਰੀ ਗਈ ਕੈਮਰੇ ਦੇ ਵਿੱਚ ਇਸ ਦੀ ਦਾਦਾਗਿਰੀ ਕੈਦ ਹੋਈ ਹੈ ਤਾਂ ਇਹ ਪੁਲਿਸ ਦੇ ਕੁਝ ਮੁਲਾਜ਼ਮ ਨੇ ਜੋ ਵਰਦੀ ਪਾ ਕੇ ਆਪਣੇ ਆਪ ਨੂੰ ਖੱਬੀ ਖਾਨ ਸਮਝਣ ਲੱਗ ਜਾਂਦੇ ਨੇ ਔਰ ਇਹਨਾਂ ਦਾ ਪੂਰਾ ਵਾਕਿਆ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਪੁਲਿਸ ਦੇ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਇੱਕ ਪੁਲਿਸ ਦਾ ਮੁਲਾਜ਼ਮ ਆਇਆ ਕਾਰ ਰੋਕੀ ਬਾਹਰ ਆਇਆ ਦੁਕਾਨ ਦੇ ਬਾਹਰ ਰਾਤ ਵੇਲੇ ਇੱਕ ਸ਼ਖਸ ਤੇ ਉਸ ਦੇ ਨਾਲ ਦਿਵਿਆਂਗ ਬੱਚਾ ਬੈਠਾ ਸੀ ਦੋਵਾਂ ਦੇ ਨਾਲ ਪੁੱਛ ਪੜਤਾਲ ਕੀਤੀ ਔਰ ਇੱਥੋਂ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਤੁਰਨ ਲੱਗੇ ਤਾਂ ਬੱਚਾ ਪਿੱਛੇ ਸੀ ਤਾਂ ਉਸ ਦੇ ਲੱਤ ਮਾਰ ਦਿੱਤੀ ਦੱਸਿਆ ਇਹ ਵੀ ਜਾ ਰਿਹਾ ਕਿ ਪਹਿਲਾਂ ਬੱਚੇ ਦੇ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਇਹ ਬੱਚਾ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹੈ ਤਾਂ ਖਾਕੀ ਵਰਦੀ ਦੇ ਰੋਪ ਦੇ ਵਿੱਚ ਇਸ ਪੁਲਿਸ ਦੇ ਮੁਲਾਜ਼ਮ ਦੀ ਘਟਿਆ ਕਰਤੂਤ ਸਾਹਮਣੇ ਆਈ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਯੂਪੀ ਦੇ ਬਿਜਨੌਰ ਦੀ ਇਹ ਘਟਨਾ ਹੈ ਆਪਣੀ ਨਿੱਜੀ ਕਾਰ ਤੇ ਸਵਾਰ ਹੋ ਕੇ ਇਹ ਪੁਲਿਸ ਦਾ ਮੁਲਾਜ਼ਮ ਆਇਆ ਸੀ ਪਹਿਲਾਂ ਗਾਲੀ ਗਲੋਚ ਕੀਤੀ ਤੇ ਇਥੋਂ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣੇ ਜਾਣ ਲੱਗੇ ਤਾਂ ਬੱਚੇ ਦੇ ਪਿੱਛੋਂ ਇਸ ਪੁਲਿਸ ਦੇ ਮੁਲਾਜ਼ਮ ਨੇ ਲੱਤ ਮਾਰ ਦਿੱਤੀ ਦੱਸਦੇ ਕਿ ਇਹ ਪੁਲਿਸ ਦਾ ਮੁਲਾਜ਼ਮ ਬੜਾਪੁਰ ਥਾਣੇ ਦੇ ਵਿੱਚ ਤਾਇਨਾਤ ਸੀ ਜੋ ਹੁਣ ਸਸਪੈਂਡ ਕਰ ਦਿੱਤਾ ਗਿਆ ਰਾਤ ਕਰੀਬ 1 ਵਜੇ ਦੀ ਇਹ ਘਟਨਾ ਹੈ ਪੁਲਿਸ ਵਾਲੇ ਨੇ ਦੋਵਾਂ ਦੇ ਨਾਲ ਪੁੱਛ ਪੜਤਾਲ ਕੀਤੀ ਤੇ ਦੋਵਾਂ ਨੂੰ ਘਰੋਂ ਘਰ ਹੀ ਜਾਣ ਦੇ ਲਈ ਕਿਹਾ ਜਿਉਂ ਹੀ ਦੋਵੇਂ ਜਾਣ ਲੱਗੇ ਤਾਂ ਬੱਚਾ ਪਿੱਛੇ ਸੀ ਤਾਂ ਇਸ ਨੇ ਪਿੱਛੋਂ ਲੱਤ ਮਾਰੀ ਸੀਸੀਟੀਵੀ ਕੈਮਰੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੋਲ ਪਹੁੰਚ ਗਏ ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਇਸ ਪੁਲਿਸ ਦੇ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਵਕ ਵਕ ਧਰਾਮਾ ਦੇ ਤਹਿਤ ਇਸ ਤੇ ਮਾਮਲਾ ਵੀ ਦਰਜ ਹੋ ਚੁੱਕਿਆ ਦੱਸਿਆ ਜਾ ਰਿਹਾ ਕਿ ਨਸ਼ੇ ਦੀ ਹਾਲਤ ਵਿੱਚ ਪੁਲਿਸ ਦੇ ਮੁਲਾਜ਼ਮ ਨੇ ਇਹ ਕਾਰਨਾਮਾ ਕੀਤਾ